ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਤੇ ਹਾਜ਼ਰ ਆ ਲੈ ਕੇ ਪ੍ਰੋਗਰਾਮ ਸਵੇਰਾ ਫਿਲਮੀ ਤੜਕਾ ਜਿਸ ਦੇ ਵਿੱਚ ਅਸੀਂ ਤੁਹਾਡੇ ਨਾਲ ਪੰਜਾਬੀ ਫਿਲਮਾਂ ਦੇ ਰਿਵਿਊ ਸਾਂਝੇ ਕਰਦੇ ਹਾਂ ਤੇ ਲੰਮੇ ਸਮੇਂ ਤੋਂ ਚੱਲ ਰਹੀ ਉਡੀਕ ਜੱਟ ਐਂਡ ਜੂਲੀਅਟ 3 ਫਿਲਮ ਦੀ ਅੱਜ ਉਡੀਕ ਖਤਮ ਹੋ ਗਈ ਹੈ 27 ਜੂਨ ਅੱਜ ਹੈ ਔਰ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗ ਚੁੱਕੀ ਹੈ ਔਰ ਲੋਕ ਆਪਣੇ ਪਰਿਵਾਰਾਂ ਦੇ ਨਾਲ ਇਹ ਫਿਲਮ ਦੇਖਣ ਦੇ ਲਈ ਪਹੁੰਚ ਰਹੇ ਨੇ ਜਦ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀਗਾ ਤੇ ਇੱਕ ਵੱਡਾ ਸਰਪ੍ਰਾਈਜ਼ ਇਸ ਟ੍ਰੇਲਰ ਦੇ ਵਿੱਚ ਵੇਖਣ ਨੂੰ ਮਿਲਿਆ ਸੀਗਾ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੇ ਨੇ ਭਾਬੀ ਰਣਜੀਤ ਕੌਰ ਇਸ ਟ੍ਰੇਲਰ ਦੇ ਵਿੱਚ ਉਹ ਵੇਖਣ ਨੂੰ ਮਿਲੇ ਸਨ ਜਦ ਤੁਸੀਂ ਫਿਲਮ ਦੇਖਣ ਜਾਓਗੇ ਤਾਂ ਉਹ ਫਿਲਮ ਦੇ ਵਿੱਚ ਵੀ ਉਹਨਾਂ ਦਾ ਕਿਰਦਾਰ ਤੁਹਾਨੂੰ ਨਜ਼ਰ ਆਏਗਾ ਟ੍ਰੇਲਰ ਦੇ ਵਿੱਚ ਅਸੀਂ ਵੇਖਿਆ ਸੀਗਾ ਕਿ ਉਹ ਇੱਕ ਸਪਾਟਨ ਦੇ ਰੂਪ ਦੇ ਵਿੱਚ ਨਜ਼ਰ ਆਏ ਸਨ ਤੇ ਫਿਲਮ ਦੇਖਣਾ ਬਹੁਤ ਮਜ਼ੇਦਾਰ ਹੋਏਗਾ ਜੱਟ ਤੇ ਜੂਲੀਅਟ ਦੀ ਇਸ ਵਾਰ ਦੀ ਜਿਹੜੀ ਜੋੜੀ ਹੈ ਉਹ ਕੀ ਕੁਝ ਵੱਖਰਾ ਲੈ ਕੇ ਆਈ ਹੈ ਲੋਕੇਸ਼ਨਸ ਗਾਣਿਆਂ ਦੀ ਗੱਲ ਕਰੀਏ ਤਾਂ ਬੇਹੱਦ ਪਸੰਦ ਕੀਤੇ ਜਾ ਰਹੇ ਨੇ ਦਰਸ਼ਕਾਂ ਦੇ ਵੱਲੋਂ ਔਰ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਜਦ ਪਹਿਲੇ ਦੋ ਸੀਕੁਅਲ ਇਸ ਫਿਲਮ ਦੇ ਸੀਗੇ ਡੂਮਣਾ ਤੇ ਛਪਾਟੇ ਦੀ ਜੋੜੀ ਇਸ ਵਾਰ ਕੀ ਕੁਝ ਵੱਖਰਾ ਰੰਗ ਲਿਆਉਂਦੀ ਹੈ ਇਹ ਦੇਖਣ ਦੇ ਲਈ ਤੁਹਾਨੂੰ ਜਾਣਾ ਪਵੇਗਾ ਸਿਨੇਮਾ ਘਰਾਂ ਦੇ ਵਿੱਚ ਪਰ ਓਵਰਆਲ ਮੂਵੀ ਦੀ ਜੇ ਗੱਲ ਕਰੀਏ ਤਾਂ ਬਾ ਕਮਾਲ ਐਕਟਿੰਗ ਬਾ ਕਮਾਲ ਗੀਤ ਇਸ ਫਿਲਮ ਦੇ ਔਰ ਜਿਸ ਤਰੀਕੇ ਦੇ ਨਾਲ ਇਸ ਫਿਲਮ ਦੀ ਪੇਸ਼ਕਾਰੀ ਕੀਤੀ ਗਈ ਹੈ ਮੈਨੂੰ ਲੱਗਦਾ ਹੈ ਕਿ ਜਿਹੜੇ ਪੁਰਾਣੇ ਦੋ ਸੀਕੁਅਲ ਹੈ ਉਹਨਾਂ ਨੂੰ ਵੀ ਕੱਟ ਕੇ ਕਿਤੇ ਨਾ ਕਿਤੇ ਫਿਲਮ ਬਹੁਤ ਅੱਗੇ ਆ ਚੁੱਕੀ ਹੈ ਔਰ ਜੇਕਰ ਤੁਸੀਂ ਹਾਲੇ ਤੱਕ ਇਹ ਫਿਲਮ ਦੇਖਣ ਨਹੀਂ ਗਏ ਹੋ ਤਾਂ ਜਲਦੀ ਨਾਲ ਜਾ ਕੇ ਇਸ ਫਿਲਮ ਦੀਆਂ ਟਿਕਟਸ ਬੁੱਕ ਕਰ ਲਓ ਔਰ ਆਪਣੇ ਪਰਿਵਾਰ ਸਮੇਤ ਫਿਲਮ ਦੇਖਣ ਦੇ ਲਈ ਜਲਦੀ ਪਹੁੰਚੋ ਔਰ ਜਿਨ੍ਹਾਂ ਜਿਨ੍ਹਾਂ ਨੇ ਇਹ ਫਿਲਮ ਦੇਖ ਲਈ ਹੈ ਸਾਨੂੰ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸੋ ਕਿ ਉਹਨਾਂ ਨੂੰ ਇਹ ਫਿਲਮ ਕਿਵੇਂ ਦੀ ਲੱਗੀ ਤੇ ਦੈਨਿਕ ਸਵੇਰਾ ਵੱਲੋਂ ਇਸ ਫਿਲਮ ਨੂੰ ਦਿੱਤੇ ਜਾ ਰਹੇ ਨੇ 5 ਵਿੱਚੋਂ 4.5 ਸਟਾਰ दैनिक सवेरा टीवी सत श्री अकाल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर